ਸਰਕਾਰੀ ਸਕੂਲ ਸਕੂਲ ਦੇ ਵਿੱਚ ਗਣਿਤ ਮੇਲਾ ਲਾਇਆ ਗਿਆ, ਇਸ ਬਾਰੇ ਤੁਹਾਡੇ ਬੱਚੇ ਕਿੰਨੇ ਕੁ ਉਤਸ਼ਾਹਿਤ ਹੋਏ, ਤੁਸੀਂ ਅੱਜ ਮੇਰੇ ਖਿਆਲ ਕਲਾਸਾਂ ਜਾ ਕੇ ਵੀ ਆਏ ਹੋ, ਅਤੇ ਕਿੰਨਾ ਕੁ ਉਤਸ਼ਾਹਿਤ ਹੋਇਆ? ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ। ਪਿਛਲੇ ਕਈ ਦਿਨਾਂ ਤੋਂ ਬੱਚੇ ਅਤੇ ਅਧਿਆਪਕ ਪੂਰੀ ਲਗਨ ਅਤੇ ਤਨਦੇਹੀ ਦੇ ਨਾਲ ਇਸ ਮੇਲੇ ਦੀ ਤਿਆਰੀ ਕਰ ਰਹੇ ਹਨ। ਬੱਚਿਆਂ ਨੇ ਬਹੁਤ ਵਧੀਆ ਮਾਡਲ ਚਾਰਟਸ ਬਣਾਏ ਹਨ, ਉਹਨਾਂ ਨੂੰ ਐਕਸਪਲੇਨ ਕਰਦੇ ਹੋਏ ਉਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ। ਇਹ ਵਿਭਾਗ ਦਾ ਬਹੁਤ ਵਧੀਆ ਉਪਰਾਲਾ ਹੈ, ਕਿਉਂਕਿ ਬੱਚੇ ਖੇਡ ਖੇਡ ਦੇ ਵਿੱਚ ਗਣਿਤ, ਜਿਸ ਨੂੰ ਬਹੁਤ ਔਖਾ ਵਿਸ਼ਾ ਸਮਝਿਆ ਜਾਂਦਾ ਸੀ, ਉਹ ਖੇਡ ਖੇਡ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਉਸਨੂੰ ਸਿੱਖ ਰਹੇ ਹਨ। ਮੈਂ ਵਿਭਾਗ ਦੇ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਅਤੇ ਹੋਰ ਅਧਿਕਾਰੀਆਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ, ਜਿਨ੍ਹਾਂ ਨੇ ਇਹ ਪਰੰਪਰਾ ਸ਼ੁਰੂ ਕੀਤੀ ਹੈ, ਕਿਉਂਕਿ ਇਸ ਦੇ ਨਾਲ ਬੱਚਿਆਂ ਦੇ ਵਿੱਚ ਹੱਥੀ ਕਰਨ ਦੀ ਜਿਹੜੀ ਕਲਾ ਹੈ ਉਹ ਵੀ ਆ ਰਹੀ ਹੈ। ਉਹ ਆਪਣੇ ਹੱਥਾਂ ਦੇ ਨਾਲ ਚਾਰਟ ਬਣਾ ਰਹੇ ਹਨ, ਮਾਡਲ ਬਣਾ ਰਹੇ ਹਨ, ਅਤੇ ਇਹਨਾਂ ਮੈਥਮੈਟਿਕਸ ਦੀਆਂ ਜੋ ਗੁੰਝੇ ਸਵਾਲ ਹਨ ਉਹਨਾਂ ਨੂੰ ਬੜੇ ਆਸਾਨੀ ਨਾਲ ਹੱਲ ਕਰ ਰਹੇ ਹਨ। ਜਿੰਨੇ ਕਿੰਨੇ ਕੁ ਬੱਚੇ ਆਪਾਂ ਇਹਨੇ ਭਾਗ ਲਿੱਤਾ? ਸਾਡੇ ਸਕੂਲ ਦੇ ਵਿੱਚ 6ਵੀਂ ਤੋਂ ਲੈ ਕੇ 10ਵੀਂ ਤੱਕ ਲਗਭਗ 1000 ਵਿਦਿਆਰਥੀ ਹਨ। ਲਗਭਗ ਹਰੇਕ ਵਿਦਿਆਰਥੀ ਨੇ ਹੀ ਹਰੇਕ ਮਾਡਲ ਅਤੇ ਚਾਰਟ ਦੇ ਵਿੱਚ ਭਾਗ ਲਿਆ ਹੈ। 400 ਦੇ ਕਰੀਬ ਮਾਡਲ ਅਤੇ ਚਾਰਟ ਜਿਹੜੇ ਹਨ ਉਹ ਇੱਥੇ ਬੱਚਿਆਂ ਨੇ ਬਣਾਏ ਹਨ ਅਤੇ ਡਿਸਪਲੇ ਕਰ ਰਹੇ ਹਨ। ਅੱਜ ਜਿਹੜਾ ਸਕੂਲ ਸਾਇੰਸ ਗਣਿਤ ਸੈਂਡਰੀ ਸਕੂਲ ਦੇ ਵਿੱਚ ਗਣਿਤ ਮੇਲਾ ਲਾਇਆ ਗਿਆ, ਅੱਜ ਤੁਸੀਂ ਗਣਿਤ ਮੇਲੇ ਸਕੂਲ ਦੇ ਵਿੱਚ ਆਏ ਵੀ, ਇੱਥੇ ਤੁਹਾਡੇ ਕੀ ਕਹਿਣਾ, ਤੁਹਾਨੂੰ ਕੀ ਵਜ੍ਹਾ ਇੱਥੇ ਫੀਲ ਹੋਇਆ? ਇੱਥੇ ਮੈਨੂੰ ਇਹਨਾਂ ਨੇ ਸਕੂਲ ਦੇ ਆਪਣੇ SMC ਕਮੇਟੀ ਦੇ ਵਾਈਸ ਚੇਅਰਮੈਨ ਨੂੰ ਬੁਲਾਇਆ ਗਿਆ, ਅਤੇ ਮੈਨੂੰ ਬੜਾ ਵਧੀਆ ਲੱਗਿਆ ਕਿ ਜਿਹੜੇ ਬੱਚੇ ਇੰਨਾ ਸ਼ਲਾਘਾਯੋਗ ਕੰਮ ਕਰ ਰਹੇ ਨੇ, ਅਤੇ ਬਹੁਤ ਵਧੀਆ ਲੱਗਿਆ ਕਿ ਉਹ ਇੰਨੀ ਅੱਛੀ ਨੌਲੇਜ ਦੇ ਨਾਲ ਗੱਲ ਕਰ ਰਹੇ ਨੇ ਪੂਰੀ ਇੰਗਲਿਸ਼ ਦੇ ਵਿੱਚ, ਬਹੁਤ ਹੀ ਵਧੀਆ ਲੱਗਿਆ ਮੈਨੂੰ, ਕਿਉਂਕਿ ਜੋ ਸਟਾਫ ਹੈ ਬਹੁਤ ਮਿਹਨਤ ਕਰ ਰਿਹਾ, ਅਤੇ ਮੈਂ ਇਹੀ ਚਾਹਾਂਗਾ ਕਿ ਵੀ ਜੋ ਵੀ ਇਹ ਸਟਾਫ ਆ ਅੱਗੇ ਵਾਸਤੇ ਆਪਣੇ ਸਾਰੇ ਜਿੰਨੇ ਵੀ ਸਕੂਲ ਦੇ ਬੱਚੇ ਨੇ ਉਹਨਾਂ ਨੂੰ ਐਵੇਂ ਤਰੱਕੀ ਦੇ ਰਾਹਾਂ 'ਤੇ ਲਿਜਾਉਂਦੇ ਰਹਿਣ। ਇਹ ਜਿਹੜੇ ਹੋਰ ਸਕੂਲਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਹੜੇ ਹੋਰ ਸਰਕਾਰੀ ਸਕੂਲ ਆ ਜਿਵੇਂ ਸਮਾਰਟ ਸਕੂਲ ਸਕੂਲ ਵਿੱਚ ਵੀ ਹੈਗੇ, ਇਹਨਾਂ ਬਾਰੇ ਤੁਸੀਂ ਕੀ ਕਹੋਗੇ? ਮੈਂ ਇਹੀ ਕਹਿਣਾ ਚਾਹਾਂਗਾ ਵੀ ਜਿਵੇਂ ਸਾਡਾ ਸਕੂਲ ਬਹਾਦਰਗੜ੍ਹ ਕਸੂੜਕੀ ਤਰੱਕੀ ਕਰ ਰਿਹਾ, ਉਹ ਸਕੂਲ ਵੀ ਐਵੇਂ ਹੀ ਤਰੱਕੀ ਕਰਦੇ ਰਹਿਣ, ਅਤੇ ਉਹਨਾਂ ਵਿੱਚ ਜੇ ਟੀਚਰ ਨੇ ਉਹ ਬੱਚਿਆਂ ਨੂੰ ਐਵੇਂ ਹੀ ਮਤਲਬ ਕਿ ਜੋ ਅੱਜ ਮੇਲਾ ਲਗਾਇਆ ਗਿਆ ਐਵੇਂ ਮੇਲੇ ਲਗਾਉਣ, ਅਤੇ ਕੁਛ ਵੀ ਜਿਵੇਂ ਆਪਣੇ ਪੜ੍ਹਾਈ ਦੇ ਕੁਝ ਪ੍ਰਬੰਧ ਹੁੰਦੇ ਨੇ ਉਹ ਕਰਦੇ ਰਹਿਣ, ਤਾਂ ਕਿ ਸਾਰੇ ਬੱਚਿਆਂ ਨੂੰ ਨੌਲੇਜ ਮਿਲਦੀ ਰਹੇ ਅਤੇ ਉਹ ਅੱਛੀ ਵਿੱਦਿਆ ਪਾਉਣ। ਇਸ ਰਾਹੀਂ ਅਸੀਂ ਉਹ ਪਾਇਥਾਗੋਰਸ ਥਿਊਰਮ ਰਾਹੀਂ ਅਸੀਂ ਸਿਧਾਂਤਾਂ ਅਤੇ ਉਚਾਈਆਂ ਅਤੇ ਦੂਰੀਆਂ ਨੂੰ ਮਾਪ ਸਕਦੇ ਹਾਂ ਜੀ, ਜਿਵੇਂ ਜੀ ਸਾਡੇ ਸਾਨੂੰ ਜੀ ਆਹ ਦਿੱਤੀ
ਆਹ ਉੱਚਾ ਇਹ ਸਾਡੀ ਉਚਾਈ ਹੈ ਜੀ, ਆਹ ਦੂਰੀ ਜੀ, ਸਾਨੂੰ ਉਚਾਈ ਪਤਾ ਤਾਂ ਅਸੀਂ ਦੂਰੀ ਨੂੰ ਮਾਪ ਸਕਦੇ ਹਾਂ ਜੀ, ਜਿਵੇਂ ਸਾਨੂੰ ਦੇਤੀ 24 ਦੇਤੀ ਜੀ, ਠੀਕ ਸਾਨੂੰ ਉਚਾਈ 24 ਦੇਤੀ ਜੀ, ਅਸੀਂ ਇਸ ਤਰ੍ਹਾਂ ਹੀ ਵਰਗਮੂਲ 3 ਦਾ ਤੱਟਿਆ ਸੀ ਟਾਈਮ ਦਾ ਫੋਰਮੂਲਾ ਲਾ ਕੇ ਜੀ 30 1 ਬਟਾ ਵਰਗਮੂਲ 3 'ਤੇ ਲਾ ਕੇ ਕੱਢ ਸਕਦੇ ਹਾਂ ਜੀ। ਮੇਰੀ ਕਲਾਸ 10ਵੀਂ ਹੈ ਔਰ ਇਸ ਚੱਕਰ ਵਿੱਚ ਜਦੋਂ ਆਪਾਂ ਨੇ ਚੱਕਰ ਦੇ 16 ਪੀਸ ਕੱਟਣੇ ਆ ਤਾਂ ਉਸਨੂੰ ਇੱਕ ਕਰਮਵਾਰ 'ਚ ਲਗਾਉਣਾ ਤਾਂ ਆਇਤ ਦਾ ਰੂਪ ਧਾਰਨ ਕਰ ਲੈਂਦਾ ਉਹ, ਠੀਕ ਹੈ। ਆਇਤ ਦੀ ਜਿਹੜੀ ਲੰਬਾਈ ਆ ਉਹ ਹੋਏਗੀ ਪਾਈ ਆਰ, ਜਿਹੜੀ ਚੌੜਾਈ ਆ ਉਹ ਹੋਏਗੀ ਰੇਡੀਅਸ। ਰੇਡੀਅਸ ਉਰੇ ਦਿਖਾਇਆ ਜਾ ਰਿਹਾ, ਆਇਤ ਦਾ ਖੇਤਰਫਲ ਹੈਗਾ ਲੰਬਾਈ ਗੁਣਾ ਚੌੜਾਈ। ਔਰ ਜਦੋਂ ਅਸੀਂ ਲੰਬਾਈ ਆਇਤ ਦਾ ਖੇਤਰਫਲ ਹੈ ਲੰਬਾਈ ਗੁਣਾ ਚੌੜਾਈ, ਮਤਲਬ ਕਿ ਚੌੜਾਈ ਹੈਗੀ ਆਰ ਔਰ ਲੰਬਾਈ ਹੈਗੀ ਹੈ ਪਾਈ ਆਰ। ਇਸ ਲਈ ਅਗਰ ਅਸੀਂ ਕਿਸੇ ਵੀ ਚੱਕਰ ਦਾ ਕੋਈ ਵੀ ਖੇਤਰਫਲ ਕਿਸੇ ਦਾ ਵੀ ਪਤਾ ਕਰਨਾ ਤਾਂ ਸਾਨੂੰ ਇਸ ਫੋਰਮੂਲੇ ਦਾ ਉਪਯੋਗ ਕੀਤਾ ਜਾਂਦਾ। ਔਰ ਅਗਰ ਸਾਨੂੰ ਆਰ ਦੀ ਵੈਲਿਊ ਪਤਾ ਹੋਏਗੀ ਤਾਂ ਅਸੀਂ ਕਿਸੇ ਵੀ ਚੱਕਰ ਦੇ ਕੋਈ ਵੀ ਖੇਤਰਫਲ ਔਰ ਫੋਰਮੂਲਾ ਵਿਦ ਪਤਾ ਹੋਏਗਾ ਅਸੀਂ ਕੋਈ ਵੀ ਚੱਕਰ ਨੂੰ ਡਰੋਅ ਕਰ ਸਕਦੇ ਹਾਂ, ਉਹਨਾਂ ਦਾ ਖੇਤਰਫਲ ਪਤਾ ਕਰ ਸਕਦੇ ਹਾਂ। ਚੱਕਰ ਦਾ ਖੇਤਰਫਲ ਪਤਾ ਕਰਨ ਵਾਸਤੇ ਕਿਹੜਾ ਫਾਰਮੂਲਾ? ਪਾਈ ਆਰ ਜਿਸਕੀ ਕਿ ਮੇਰੀ ਕਿਰਿਆ ਦੇ ਨਾਲ ਲੰਬ ਦੀ ਸਥਿਤੀ ਸਪਸ਼ਟ ਕਰਨਾ। ਇਹ ਮੈਂ ਇੱਕ ਲੇਟਰਲ ਟ੍ਰੈਂਗਲ ਬਣਾਇਆ, ਇਹ ਰਾਈਟ ਐਂਗਲ, ਇਹ ਆਈਸੋਸੈਲਸ ਟ੍ਰੈਂਗਲ, ਇਹ ਸਕੇਲਨ, ਇਹ ਓਪਟਿਊਜ਼ ਐਂਗਲ ਟ੍ਰੈਂਗਲ। ਜੇ ਅਸੀਂ ਕਿਸੇ ਵਿੱਚ ਪੁੱਜਦੇ ਕਿਸੇ ਵੀ ਖੇਤਰ ਤੋਂ ਉਹ ਸਿਖਰ ਤੋਂ ਇਹ ਧਾਗਾ ਲਟਕਾਵਾਂਗੇ ਤਾਂ ਇਹ ਸਾਹਮਣੇ ਵਾਲੀ ਪੂਜਾ ਉੱਪਰ ਲੰਬ ਹੋਵੇਗਾ।